ਸਰੀਰ ਨੂੰ ਤੰਦਰੁਸਤ ਰੱਖਣਾ ਹੈ ਤਾਂ ਅਪਣਾਓ ਇਹ ਸਾਵਧਾਨੀਆਂ ਨੰਬਰ 1 ਗੈਸ ਦੀ ਸਮੱਸਿਆ ਹੈ ਤਾਂ ਖਾਣੇ ਵਿੱਚ ਅਜਵਾਇਨ ਮਲਾਉਣੀ ਸ਼ੁਰੂ ਕਰ ਦਿਓ ਨੰਬਰ 2 ਛਿਲਕਿਆਂ ਵਾਲੀ ਦਾਲ ਸਬਜੀ ਨਾਲ ਕੈਸਟਰੋਲ ਹਮੇਸ਼ਾ ਘਟਦਾ ਹੈ ਨੰਬਰ 3 ਰੋਟੀ ਖਾਣ ਤੋਂ ਪਹਿਲਾਂ ਮਿੱਠਾ ਅਤੇ ਬਾਅਦ ਵਿੱਚ ਖੱਟਾ ਖਾਣ ਨਾਲ ਸ਼ੂਗਰ ਨਹੀਂ ਹੁੰਦੀ ਨੰਬਰ 4 ਦਨ ਵੇਲੇ ਪਾਣੀ ਘੱਟ ਪੀਣ ਨਾਲ ਬੁੱਲ ਕਾਲੇ ਹੋ ਜਾਂਦੇ ਹਨ। ਨੰਬਰ 5 ਜਿਆਦਾ ਨਹਾਉਣ ਵਾਲੇ ਇਨਸਾਨ ਦੇ ਵਾਲ ਝੜਨ ਲੱਗ ਜਾਂਦੇ ਹਨ। ਨੰਬਰ 6 ਛੋਟੇ ਕੇਲੇ ਵਿੱਚ ਵੱਡੇ ਕੇਲੇ ਨਾਲੋਂ ਜ਼ਿਆਦਾ ਕੈਲਸ਼ੀਅਮ ਹੁੰਦਾ ਹੈ। ਨੰਬਰ 7 ਘਰ ਵਿੱਚੋਂ ਚੂਹਿਆਂ ਨੂੰ ਭਜਾਉਣਾ ਹੈ ਤਾਂ ਘਰ ਦੀ ਹਰੇਕ ਨੁੱਕਰ ਵਿੱਚ ਕਪੂਰ ਰੱਖ ਦਿਓ। ਨੰਬਰ 8 ਹੱਥ ਪੈਰ ਕਾਲੇ ਹਨ। ਤਾਂ ਉਠਣੀ ਦਾ ਦੁੱਧ ਲਗਾਓ ਹੱਥ ਪੈਰ ਚਿੱਟੇ ਹੋ ਜਾਣਗੇ ਨੰਬਰ 9 ਅੰਗੂਰ ਖਾਣ ਨਾਲ 슈ਗਰ ਦਾ ਖਤਰਾ ਵੱਧ ਜਾਂਦਾ ਹੈ ਨੰਬਰ 10 ਫੈਂਟੀ ਲੀਵਰ ਵਾਲੇ ਇਨਸਾਨ ਨੂੰ ਦੁੱਧ ਨਹੀਂ ਪੀਣਾ ਚਾਹੀਦਾ ਨੰਬਰ 11 ਦੁਪਹਿਰ ਅਤੇ ਰਾਤ ਦੇ ਖਾਣੇ ਤੋਂ ਬਾਅਦ ਇੱਕ ਲਸਣ ਦੀ ਕਲੀ ਖਾ ਲੋ ਭਜਨ ਤੇਜ਼ੀ ਨਾਲ ਘਟੇਗਾ ਨੰਬਰ 12 ਕਿਡਨੀ ਦੀ ਪ੍ਰੋਬਲਮ ਹੈ ਤਾਂ ਖੜੇ ਹੋ ਕੇ ਪਾਣੀ ਨਾ ਪੀਓ ਨੰਬਰ 13 ਕਬਜ ਦੀ ਪ੍ਰੋਬਲਮ ਹੈ ਤਾਂ ਸਵੇਰੇ ਪਾਣੀ ਪੀ ਕੇ ਅੱਡੀਆਂ ਦੇ ਭਾਰ ਤੁਰੋ। ਨੰਬਰ 14 ਇੱਕ ਸਾਚ ਪਾਣੀ ਕਦੇ ਨਾ ਪੀਓ। ਇਸ ਨਾਲ ਛਾਤੀ ਵਿੱਚ ਤਰਦ ਹੋ ਸਕਦਾ ਹੈ। ਨੰਬਰ 15 ਜਿਹੜਾ ਇਨਸਾਨ ਰੋਜ਼ਾਨਾ ਟਮਾਟਰ ਖਾਂਦਾ ਹੈ ਉਸਦੇ ਵਾਲ ਕਦੇ ਵੀ ਸਫੇਦ ਨਹੀਂ ਹੁੰਦੇ। ਨੰਬਰ 16 ਸਵੇਰ ਦੇ ਸਮੇਂ ਭਿੱਜੇ ਛੋਲੇ ਖਾਣ ਨਾਲ ਭਜਨ ਛੇਤੀ ਵੱਧਦਾ ਹੈ ਅਤੇ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਨੰਬਰ 17. ਵਾਲ ਲੰਬੇ ਕਰਨ ਲਈ ਨਾਰੀਅਲ ਤੇਲ ਵਿੱਚ ਆਮਲੇ ਦਾ ਪਾਊਡਰ ਮਿਲਾ ਕੇ ਮ사ਜ ਕਰੋ। ਨੰਬਰ 18. ਲੰਬੇ ਸਮੇਂ ਤੱਕ ਝੁੱਕ ਕੇ ਬੈਠਣ ਨਾਲ ਰੀੜ ਦੀ ਹੱਡੀ ਅਤੇ ਗਰਦਨ ਦੀ ਪ੍ਰੋਬਲਮ ਹੋ ਸਕਦੀ ਹੈ। ਇਸ ਤਰ੍ਹਾਂ ਦੀਆਂ ਹੋਰ ਵੀਡੀਓ ਵੇਖਣ ਲਈ ਚੈਨਲ ਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ। ਧੰਨਵਾਦ।